जी दोस्तों अस्सलाम वालेकुम, मैं हाँ तुहारा दोस्त अनवर अहमद बलोच सॉरी रे पवे ANTV। दोस्तों अज का तुहानू एक जदीद टैक्नोलॉजी नाल जिहड़ा वेला समान बिल्डिंग दे उत्ते गिन विदावें दे वो तुहानू दिख लैंदे इं वक्त असां रोड बने त्रुटे ते सफ़र करेंदे पए हैं, जो कि अज साडा सफ़र मुल्तान दा हा। ते असां जिहड़ा है ना बिस्कुट फैक्ट्री वाले पासे वेंदे पए हैं, उत्थां ਤੁਹਾਨੂੰ ਦਿਖ ਲੈਂਦੇ ਹੈਗੇ ਬਿਸਕੁਟ ਫੈਕਟਰੀ ਦੇ ਵਿੱਚ ਨਵੀਂ ਬਿਲਡਿੰਗ ਤਿਆਰ ਥੀ ਪਈ ਹੈ, ਔਰ ਕਿਹੜੇ ਤਰੀਕੇ ਨਾਲ ਜਿਹੜਾ ਹੈ ਨਾ ਜਿਹੜਾ ਮਟੀਰੀਅਲ ਹੈ ਉਹ ਉਤਲੀ ਮੰਜ਼ਿਲ 'ਤੇ ਕਿਵੇਂ ਗਹਿਣਵੇਂ ਦੇ ਬਾਅਦ। ਇਹ ਇੱਕ ਜਦੀਦ ਟੈਕਨੋਲੋਜੀ ਦਾ ਜਦੀਦ ਤਰੀਕਾ ਹੈ, ਲੇਕਿਨ ਉਹ ਇੱਕ ਚੈਨ ਕੂਪੀ ਹੈ ਜਿਹੜੀ ਜਦੀਦ ਉਹ ਤੇ ਇੱਕ ਗੋਲ ਫਿਰਨ ਵਾਲੇ ਇੱਕ ਅਸੀਂ ਦੇ ਉੱਤੇ ਫਿੱਟ ਤੇ ਵੀ ਹੈ, ਔਰ ਇਹ ਟਰਨ ਦੇ ਟਰਨ ਚਾ ਕੇ ਜਿਹੜਾ ਨਾ ਉੱਤੇ ਗਹਿਣਵੇਂਦੀ ਹੈ। ਔਰ ਸਾਹਮਣੇ ਤੁਹਾਡੇ ਸਾਹਮਣੇ ਦੇਖੋ ਜਲਦੀ ਘੜੀ ਹੈ, ਔਰ ਬਹੁ ਆਸਾਨੀ ਦੇ ਨਾਲ ਇਹ ਮਟੀਰੀਅਲ ਉੱਤੇ ਗਿਣ ਵੈਂਦੀ ਹੈ, ਔਰ ਜਿਹੜਾ ਕੰਮ ਟਾਈਮ ਗਿਣੇ ਉਹ ਮਿੰਟਾਂ 'ਚ ਮੁੱਕਦੀ ਹੈ। ਇਹ ਦੇਖਣ ਛੋਟੀ ਜਿਹੀ ਕੁਪੀ ਹੈ ਜਿਹੜੀ ਜਿਹੜਾ ਨਾ ਥੱਲੇ ਫਿੱਟ ਤੇ ਘੜੀ ਹੈ। ਇਹ ਹੁਣ ਮਟੀਰੀਅਲ ਕੋ ਥੋੜ੍ਹਾ ਉੱਤੇ ਚਾਹੀਦੀ, ਯਾਨੀ ਕਿ ਆਪਣੀ ਜਾਕ ਨੂੰ ਚਾਹ ਕੇ ਬੀਜਾ 'ਤੇ ਰੱਖਣਾ ਇੱਕ ਵਜ਼ਨੀ ਜਿਹਾ ਹੈ, ਅਤੇ ਉਹ ਚਾਹ ਕੇ ਇੱਕ ਜਾਤ ਬੀਜਾ 'ਤੇ ਰੱਖਿਆ ਸੀ। ਔਰ ਲੇਕਿਨ ਉਹ ਤੁਸੀਂ ਇਹ ਇੱਕ ਆਪਰੇਟਰ ਜਿਹੜਾ ਕਿ ਉੱਤੇ ਬੈਠੇ ਸੀ ਉਹ ਸਾਰੀ ਸ਼ਾਇ ਕੋਈ ਇਕੱਲਾ ਬੰਦਾ ਜਿਹੜਾ ਨਾ ਆਪਰੇਟ ਕਰਨ ਦਾ ਬੈਠੇ ਸਾਰੇ ਲੇਕਿਨ ਹੁਣ ਗੋਲ ਚੱਕਰ 'ਚ, ਯਾਨੀ ਕਿ ਇੱਕ ਜਾਤ ਬੇ ਪਾਸੇ ਸਫ਼ਰ ਕਰੇਗੀ ਵੀ ਯਾਰ ਗੋਲ ਚੱਕਰ ਜਿਹੜਾ ਨਾ ਔਰ ਦੂਜੀ ਸਾਈਡ 'ਤੇ ਕੰਮ ਕਰਨਾ ਹੈ ਆਪਰੇਟਰ ਨੇ, ਔਰ ਆਪਰੇਟਰ ਜਿਹੜਾ ਨਾ ਮਸ਼ੀਨ ਕੋ ਦੂਜੀ ਪਾਸੇ ਕੀਤੀ ਹੋਈ ਨੇ। ਇਕੱਲਾ ਬੰਦਾ ਉੱਚੀ ਜਾ 'ਤੇ ਬੈਠ ਕੇ ਜੇ ਜਿਤਨਾ ਵਜ਼ਨੀ ਸਮਾਨ ਹੈ ਜੇ ਜਿਤਨਾ ਉੱਚੀ ਜਾ 'ਤੇ ਵੰਡਣਾ ਕੋਈ ਗਿਣ ਵੈਂਦਾ। ਇਹ ਜਦੀਦ ਟੈਕਨੋਲੋਜੀ ਹੈ, ਜਿਹਦੇ ਤੱਕ ਆਵਾਜ਼ ਹੀ ਨਹੀਂ ਪੁੱਜ ਸਕਦੀ ਇਤਨਾ ਉੱਚਾ ਬੈਠਦੇ। ਦੋਸਤੋ ਇਹ ਜਦੀਦ ਤਕਾਜ਼ੇ ਹਨ, ਜਦੀਦ ਟੈਕਨੋਲੋਜੀ ਹੈ, ਔਰ ਇਹੀ ਟਾਈਮ ਅਸਾਂ ਮੁਲਤਾਨ ਸ਼ਹਿਰ ਦੇ ਵਿੱਚ ਇੱਕ ਬਿਸਕੁਟ ਫੈਕਟਰੀ ਬਣਦੀ ਪਈ ਉੱਥੇ ਮੌਜੂਦ ਹੈ। ਇਜਾਜ਼ਤ ਦੱਸੋ, ਅੱਲਾ ਹਾਫਿਜ਼।